15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ। ਜਿਨ੍ਹਾਂ ਨੇ ਆਜ਼ਾਦ ਕਰਾਇਆ ਉਹਨਾਂ ਸ਼ਹੀਦਾਂ ਨੂੰ ਆਜ਼ਾਦ ਕੀਤਾ ਜਾਂਦਾ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਸ਼ਹੀਦਾਂ ਦੀਆਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ। ਕਈਆਂ ਦੇ ਪਰਿਵਾਰ ਇਸ 47 ਦੀ ਜੰਗ ਦੇ ਵਿੱਚ ਵੰਡੇ ਗਏ। ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਸਨ ਉਹ ਪੰਜਾਬ ਦੇ ਵਿੱਚ ਆ ਗਏ ਸਨ ਅਤੇ ਪੰਜਾਬ ਵਾਲੇ ਲੋਕ ਪਾਕਿਸਤਾਨ ਚਲ ਗਏ ਸਨ। ਵੰਡ ਹੋਈ ਸੀ, ਖੂਨ ਖਰਾਬਾ ਕਾਫੀ ਹੋਇਆ ਸੀ, ਜਿਹਦੇ ਵਿੱਚ ਛੋਟੇ ਛੋਟੇ ਬੱਚੇ ਮਾਰੇ ਗਏ। ਇਸ ਦਿਨ ਨੂੰ ਯਾਦ ਕੀਤਾ ਜਾਂਦਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ। ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਲੋਕ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜਾਗਰੂਕ ਕਰਾਉਣ ਵਾਸਤੇ ਇਸ ਜਲ੍ਹਿਆਂਵਾਲੇ ਬਾਗ ਵਿੱਚ ਲੈ ਕੇ ਪਹੁੰਚਦੇ ਨੇ। ਪੰਦਰਾਂ ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ। ਜਿਨ੍ਹਾਂ ਨੇ ਆਜ਼ਾਦ ਕਰਾਇਆ ਉਹਨਾਂ ਸ਼ਹੀਦਾਂ ਨੂੰ ਆਜ਼ਾਦ ਕੀਤਾ ਜਾਂਦਾ। ਲਿਵਿੰਗ ਇੰਡੀਆ ਟੀਮ ਗਰਾਊਂਡ ਜ਼ੀਰੋ ਉੱਪਰ ਪਹੁੰਚੀ ਹੋਈ ਜਲ੍ਹਿਆਂਵਾਲੇ ਬਾਗ, ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਸ਼ਹੀਦਾਂ ਦੀਆਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ। ਕਈ ਅੰਗਰੇਜ਼ਾਂ ਦੇ ਨਾਲ ਸਹਾਇਤਾ ਕੀਤੀਆਂ, ਕਈਆਂ ਦੇ ਪਰਿਵਾਰ ਇਸ 47 ਦੀ ਜੰਗ ਦੇ ਵਿੱਚ ਵੰਡੇ ਗਏ। ਅਤੇ ਜਦੋਂ ਵੰਡ ਹੋਈ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਸਨ ਉਹ ਪੰਜਾਬ ਦੇ ਵਿੱਚ ਆ ਗਏ ਸਨ ਅਤੇ ਪੰਜਾਬ ਵਾਲੇ ਲੋਕ ਪਾਕਿਸਤਾਨ ਚਲ ਗਏ ਸਨ। ਵੰਡ ਹੋਈ ਸੀ, ਖੂਨ ਖਰਾਬਾ ਕਾਫੀ ਹੋਇਆ ਸੀ, ਜਿਹਦੇ ਵਿੱਚ ਛੋਟੇ ਛੋਟੇ ਬੱਚੇ ਮਾਰੇ ਗਏ। ਇਸ ਦਿਨ ਨੂੰ ਯਾਦ ਕੀਤਾ ਜਾਂਦਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ। ਅਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਨੂੰ ਜਲ੍ਹਿਆਂਵਾਲੇ ਬਾਗ ਦੀਆਂ, ਜਿੱਥੇ ਕਿ ਲੋਕ ਵਿਸ਼ਵ ਭਰ ਦੇ ਵਿੱਚੋਂ ਆ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਹ ਤਸਵੀਰ ਸਾਂਝੀ ਕਰ ਰਿਹਾ ਜਲ੍ਹਿਆਂਵਾਲੇ ਬਾਗ ਦੀ, ਜਿੱਥੇ ਕਿ ਜਦੋਂ ਦੇਸ਼ ਦੀ ਵੰਡ ਹੋਈ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਬਣ ਗਿਆ। ਕਈ ਪਰਿਵਾਰ ਬੇਕਾਰ ਹੋ ਗਏ, ਕਈ ਪੰਜਾਬ ਦੇ ਵਿੱਚ ਆ ਕੇ ਵੱਸ ਗਏ ਅਤੇ ਕਈ ਪਾਕਿਸਤਾਨ ਦੇ ਵਿੱਚ ਰਹਿੰਦੇ। ਅਤੇ ਫਿਰ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਬਣਾ ਤਾ। ਅਤੇ ਉਹਨਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਲੋਕ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜਾਗਰੂਕ ਕਰਾਉਣ ਵਾਸਤੇ ਇਸ ਜਲ੍ਹਿਆਂਵਾਲੇ ਬਾਗ ਵਿੱਚ ਲੈ ਕੇ ਪਹੁੰਚਦੇ ਨੇ। ਇਹ ਤਸਵੀਰਾਂ ਸਾਂਝੇ ਇਸ ਕਰਕੇ ਕਰਿਆ ਕਿਉਂਕਿ ਲੋਕ ਇਤਿਹਾਸ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਅਤੇ ਇਤਿਹਾਸ ਨਾਲ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਆ ਅਤੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਲਿਆਉਂਦੇ ਆ ਕਿਉਂਕਿ ਲੋਕ ਇੱਥੇ ਆ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਲ੍ਹਿਆਂਵਾਲੇ ਬਾਗ ਦੀਆਂ। ਆ ਦੇਖ ਸਕਦੇ ਹੋ ਕਿ ਲੋਕ ਪੂਰੇ ਵਿਸ਼ਵ ਦੇ ਵਿੱਚੋਂ ਜਲ੍ਹਿਆਂਵਾਲੇ ਬਾਗ ਆਉਂਦੇ ਨੇ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਗਰੂਕ ਕਰਾਉਂਦੇ ਨੇ ਕਿਉਂਕਿ ਦੇਸ਼ ਵਾਸਤੇ ਸਾਡੇ ਵਡੇਰਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ। ਕਿਉਂਕਿ ਜਦੋਂ ਅੰਗਰੇਜ਼ਾਂ ਦਾ ਸਮਾਂ ਸੀ, ਪੰਜਾਬ ਦੇ ਉੱਪਰ ਬਹੁਤ ਉਹਨਾਂ ਦੇ ਵੱਲੋਂ ਸ਼ੱਦਰ ਕੀਤਾ ਗਿਆ। ਛੋਟੇ ਛੋਟੇ ਬੱਚਿਆਂ ਨੂੰ ਗੁਲਾਮ ਬਣਾਉਂਦੇ ਸਨ, ਬਜ਼ੁਰਗਾਂ ਨੂੰ ਗੁਲਾਮ ਬਣਾਉਂਦੇ ਸਨ, ਪਰ ਉਸ ਤੋਂ ਬਾਅਦ ਕਈ ਸੂਰਮੇ ਉੱਠੇ ਦੇਸ਼ ਨੂੰ ਯਾਦ ਕਰਵਾਉਣ ਵਾਸਤੇ। ਅਤੇ ਫਿਰ 15 ਅਗਸਤ 1947 ਨੂੰ ਜਦੋਂ ਦੇਸ਼ ਦੀ ਵੰਡ ਹੋਈ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਬਣਿਆ ਅਤੇ ਉਸਦੇ ਵਿੱਚ ਜਿਹੜਾ ਕਿ ਦੇਸ਼ ਆਜ਼ਾਦ ਹੋਇਆ। ਅਤੇ ਇਹਨਾਂ ਆਜ਼ਾਦੀ ਵਾਲੇ ਦਿਨ ਨੂੰ ਲੋਕ ਯਾਦ ਕਰਨ ਵਾਸਤੇ ਜਲ੍ਹਿਆਂਵਾਲੇ ਬਾਗ ਪਹੁੰਚਦੇ ਨੇ, ਵਾਹਗਾ ਟਾਰੀ ਪਹੁੰਚਦੇ ਨੇ, ਜਿੱਥੇ ਜਿੱਥੇ ਇਤਿਹਾਸਿਕ ਜਗ੍ਹਾ ਹੈਗੀਆਂ ਨੇ ਉਹਨਾਂ ਇਤਿਹਾਸਿਕ ਜਗ੍ਹਾ ਦੇ ਉੱਪਰ ਜਾ ਕੇ ਲੋਕ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਹ ਬਹੁਤ ਹੀ ਜ਼ਰੂਰੀ ਹੁੰਦਾ ਇਹ ਜਿਹੜੀਆਂ ਚੀਜ਼ਾਂ ਦੇ ਨਾਲ, ਕਿਉਂਕਿ ਜਿਨ੍ਹਾਂ ਨੇ ਸਾਨੂੰ ਗੁਲਾਮੀ ਤੋਂ ਰਾਹਤ ਦਵਾਈ ਹੋਵੇ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ। ਸਾਨੂੰ ਆਪਣਾ ਸਮਾਂ ਕੱਢ ਕੇ 15 ਅਗਸਤ 1947 ਨੂੰ ਜਦੋਂ ਦੇਸ਼
ਦਾ ਝੰਡਾ ਲਹਿਰਾਉਂਦੇ ਨੇ, ਉਸ ਟਾਈਮ ਉਸੇ ਜਾ ਕੇ ਪਹੁੰਚਣਾ ਚਾਹੀਦਾ, ਆਪਣੇ ਬੱਚਿਆਂ ਨੂੰ ਖੜਨਾ ਚਾਹੀਦਾ, ਇਤਿਹਾਸਿਕ ਜਗ੍ਹਾ ਦੇ ਉੱਪਰ ਉਹਨਾਂ ਨੂੰ ਲਿਆ ਕੇ ਇਤਿਹਾਸ ਦੇ ਨਾਲ ਜਾਗਰੂਕ ਕਰਾਉਣਾ ਚਾਹੀਦਾ। ਅਤੇ ਸਦੋ ਕਿ ਪੂਰੇ ਸੰਸਾਰ ਦੇ ਵਿੱਚੋਂ ਇੱਥੇ ਲੋਕ ਪਹੁੰਚਦੇ ਨੇ, ਲੋਕ ਪਹੁੰਚ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਗਰੂਕ ਕਰਾਉਂਦੇ ਨੇ, ਕਿਉਂਕਿ 1947 ਦੇਸ਼ ਦੀ ਵੰਡ ਖੂਨ ਖਰਾਬਾ ਹੋਇਆ ਸੀ ਅਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਅਸੀਂ ਅੱਜ ਆਜ਼ਾਦ ਘੁੰਮ ਰਹੇ ਹਾਂ। ਨਹੀਂ ਤਾਂ ਜਦੋਂ ਦੇਸ਼ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਖੁੱਲ੍ਹੇ ਨਹੀਂ ਘੁੰਮ ਸਕਦੇ ਸਨ। ਅਤੇ ਲੋਕ ਇੱਥੇ ਆ ਕੇ ਸੈਲਫੀਆਂ ਕਰਾਉਂਦੇ ਨੇ, ਇਤਿਹਾਸ ਦੇ ਨਾਲ ਜਾਗਰੂਕ ਹੁੰਦੇ ਨੇ। ਇਸੇ ਕਰਕੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਉਹ ਗੁਲਾਮੀ ਤੋਂ ਰਾਹਤ ਮਿਲਦੀ ਨਜ਼ਰ ਆਈ। ਪੂਰੇ ਵਿਸ਼ਵ ਦੇ ਵਿੱਚੋਂ ਲੋਕ ਇੱਥੇ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ। 15 ਅਗਸਤ 1947 ਨੂੰ ਜੋ ਘਟਨਾ ਵਾਪਰੀ ਸੀ, ਜੋ ਦੇਸ਼ ਦੀ ਵੰਡ ਹੋਈ ਅਤੇ ਜਲ੍ਹਿਆਂਵਾਲੇ ਬਾਗ ਉਹਨਾਂ ਸ਼ਹੀਦਾਂ ਨੂੰ ਆ ਕੇ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਵਾਇਆ। ਸਮਾਜ ਸੇਵਕ ਪਵਨ ਜੀ ਸਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜ਼ਿਆਦਾ ਜਾਣਕਾਰੀ ਲਵਾਂਗੇ, ਕਿਉਂਕਿ ਲੋਕ ਦੇਖ ਸਕਦੇ ਕਿ ਲੋਕ ਪਹੁੰਚਦੇ ਨੇ ਇੱਕ ਚਿਹਰੇ 'ਤੇ ਜਦੋਂ ਤੁਸੀਂ ਜਲ੍ਹਿਆਂਵਾਲੇ ਬਾਗ ਦੇ ਅੰਦਰ ਆਉਂਦੇ ਹੋ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ। ਪਵਨ ਜੀ ਕੀ ਕਹਿਣਾ ਚਾਹੋਗੇ 15 ਅਗਸਤ 1947 ਨੂੰ ਜੋ ਦੇਸ਼ ਦੀ ਵੰਡ ਹੋਈ, ਉਸ ਤੋਂ ਬਾਅਦ ਪਹਿਲਾਂ ਅੰਗਰੇਜ਼ਾਂ ਦਾ ਜਿਹੜਾ ਕਿ ਕਾਫੀ ਗੁਲਾਮੀ ਕੀਤੀ ਭਾਰਤ ਦੇ ਲੋਕਾਂ ਨੇ, ਅਤੇ ਕਾਫੀ ਸਦੀਆਂ ਤੋਂ ਬਾਅਦ ਜਿਹੜੀ ਕਿ 15 ਅਗਸਤ 1947 ਨੂੰ ਜਦੋਂ ਦੇਸ਼ ਦੀ ਵੰਡ ਹੁੰਦੀ ਆ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜਾਂਦਾ, ਕੀ ਇਤਿਹਾਸ ਹੈਗਾ ਜਲ? ਦੇਖੋ ਮਨੀ ਜੀ, ਆਪ ਜੀ ਦਾ ਬਹੁਤ ਧੰਨਵਾਦ ਆ ਕਿ ਇਸ ਇਤਿਹਾਸਿਕ ਦਿਨ ਜਦੋਂ ਕਿ ਅਸੀਂ ਭਾਰਤ ਦੀ ਆਜ਼ਾਦੀ ਦਿਵਸ ਮਨਾਉਣ ਜਾ ਰਹੇ ਹਾਂ, ਉਸ ਉਪਰਾਲੇ ਦੇ ਵਿੱਚ ਤੁਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਜਿੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣਾ ਜੀਵਨ ਬਲੀਦਾਨ ਦਿੱਤਾ 13 ਅਪ੍ਰੈਲ 1919 ਨੂੰ। ਸੋ ਇਸ ਵਾਕਿਆ ਦੀ ਪਿਛਲੀ 13 ਅਪ੍ਰੈਲ ਨੂੰ 105ਵੀਂ ਅਸੀਂ ਐਨੀਵਰਸਰੀ ਵੀ ਮਨਾਈ ਆ, ਜਿਹਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਬਰੂਟਲ ਐਟਰੋਸਿਟੀਜ਼, ਬ੍ਰਿਟਿਸ਼ ਕਲੋਨੀਅਲ ਰੂਲ ਜਿਹੜੀ ਬ੍ਰਿਟਿਸ਼ ਆਰਮੀ ਆ ਉਹਨਾਂ ਨੇ ਸਾਡੇ ਭਾਰਤ ਦੇ ਨਾਗਰਿਕਾਂ ਨੂੰ ਦਿੱਤਾ। ਇਹੀ ਜਗ੍ਹਾ ਸੀ ਜਿੱਥੇ ਕੀਮਤੀ ਜਾਨਾਂ, ਨਿਰਦੋਸ਼ ਜਾਨਾਂ ਗਈਆਂ, ਉਸ ਬ੍ਰਿਗੇਡੀਅਰ ਜਨਰਲ ਡਾਇਰ ਦੇ ਵੱਲੋਂ ਜਿਹੜਾ ਆਦੇਸ਼ ਜਾਰੀ ਹੋਇਆ ਸੀ ਇਸ ਜਲ੍ਹਿਆਂਵਾਲੇ ਬਾਗ ਦੇ ਵਿੱਚ। ਇਹ ਜਲ੍ਹਿਆਂਵਾਲਾ ਬਾਗ ਕਰੀਬ 6.5 ਏਕੜ ਲੈਂਡ ਦੇ ਵਿੱਚ ਬਣਿਆ, ਉਹਦੇ ਵਿੱਚ ਪਬਲਿਕ ਗਾਰਡਨਸ ਬਣਾਏ ਗਏ ਆ, ਨੈਸ਼ਨਲ ਸਿਗਨੀਫਿਕੈਂਸ ਰੱਖਦਾ ਆ ਪੂਰੇ ਭਾਰਤ ਦੇ ਦੇਸ਼ ਵਾਸੀਆਂ ਲਈ। ਔਰ ਇਹਦਾ ਇਤਿਹਾਸ ਤਾਂ ਇਹ ਆ ਕਿ ਇਹ ਜਿਹੜੀ 6.5 ਏਕੜ ਦੀ ਜ਼ਮੀਨ ਆ, ਇਹ ਦੱਸੀ ਜਾਂਦੀ ਆ ਕਿ ਭਾਈ ਹਿੰਮਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਇੱਕ ਪ੍ਰਾਈਵੇਟ ਪ੍ਰਾਪਰਟੀ ਸੀ। ਉਸ ਤੋਂ ਬਾਅਦ ਜਦੋਂ ਭਾਰਤ ਦੇਸ਼ ਦੇ ਵਿੱਚ, ਜਦੋਂ ਤੁਸੀਂ ਸਮਝ ਲਓ ਕਿ ਰੌਲਟ ਐਕਟ 1919 ਦੇ ਵਿੱਚ ਪਾਸ ਹੁੰਦਾ ਆ, ਔਰ ਵਰਲਡ ਵਾਰ 1 ਦੇ ਵਿੱਚ ਭਾਰਤੀ ਸੈਨਿਕ ਜਦੋਂ ਉਹਨਾਂ ਦੀ ਸਪੋਰਟ ਕਰਦੇ ਆ, ਵਰਲਡ ਵਾਰ ਦੇ ਵਿੱਚ ਉਹਨਾਂ ਦੀ ਕੀਮਤੀ ਜਾਨਾਂ ਜਾਂਦੀਆਂ, ਦੇਸ਼ ਦੇ ਵਿੱਚ ਮਹਿੰਗਾਈ ਹੁੰਦੀ ਆ, ਟੈਕਸੇਸ਼ਨ ਵੱਧ ਲੱਗਦੀ ਆ, ਅਤੇ ਉਹਦੇ ਵਿਰੋਧ ਦੇ ਵਿੱਚ ਰੌਲਟ ਐਕਟ ਜਿਹੜਾ, ਨਾ ਅਪੀਲ ਨਾ ਦਲੀਲ, ਉਸ ਐਕਟ ਦੇ ਵਿਰੋਧ ਦੇ ਵਿੱਚ ਜਦੋਂ ਵੱਡੇ ਲੈਵਲ 'ਤੇ 1000 ਦੇ ਕਰੀਬ ਪ੍ਰਦਰਸ਼ਨਕਾਰੀ ਇਸ ਏਰੀਆ ਦੇ ਵਿੱਚ ਇਕੱਠੇ ਹੁੰਦੇ ਆ, ਅਤੇ ਉਹ ਇਹ ਵੀ ਵੇਖਦੇ ਆ ਕਿ ਜਦੋਂ ਉਹਨਾਂ ਦੇ ਦੋ ਅੱਛੇ ਜਿਹੜੇ ਸੋਸ਼ਲ ਕਾਰਜਕਰਤਾ ਹੁੰਦੇ ਆ, ਡਾਕਟਰ ਸੱਤਿਆਪਾਲ ਔਰ ਡਾਕਟਰ ਸੈਫੂਦੀਨ, ਉਹ ਜਦੋਂ ਇੱਥੇ ਉਹਨਾਂ ਦੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਵੀ ਜਦੋਂ ਪ੍ਰਦਰਸ਼ਨ ਕਰਦੇ ਆ, ਅਤੇ ਅੰਗਰੇਜ਼ ਹਕੂਮਤ ਨੂੰ ਇਹ ਗੱਲ ਰਾਸ ਨਹੀਂ ਆਉਂਦੀ, ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੁੰਦੀ ਆ ਕਿ 4 ਤੋਂ ਵੱਧ ਲੋਕ ਅਸੈਂਬਲ ਨਹੀਂ ਹੋਣਗੇ, ਇਕੱਠੇ ਨਹੀਂ ਹੋਣਗੇ, ਪਰ ਭਾਰਤੀਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ। ਉਹ ਜਦੋਂ ਇਕੱਠੇ ਹੁੰਦੇ ਆ ਅਤੇ ਉਸ ਗੱਲ ਦੇ ਵਿਰੋਧ ਦੇ ਵਿੱਚ ਜੇ ਉਹ ਅੱਗੋਂ ਫਾਇਰਿੰਗ ਕਰਦੇ ਆ ਅਤੇ ਭਾਰਤੀ ਲੋਕ ਇੱਟਾਂ ਪੱਥਰ ਚਲਾਉਣ ਦੀ ਯਤਨ ਕਰਦੇ ਆ, ਸੋ ਉਸ ਗੁੱਸੇ ਦੇ ਵਿੱਚ ਆ ਕੇ ਜਨਰਲ ਡਾਇਰ ਨੇ ਇੱਕ ਇੱਦਾਂ ਦਾ ਤਰੀਕਾ ਅਪਣਾਇਆ ਕਿ ਇਹਦੇ ਅੰਦਰ ਉਹਨਾਂ ਲੋਕਾਂ ਨੂੰ ਇਕੱਠਾ ਕਰ ਲਿਆ ਜਾਵੇ, ਕਿਉਂਕਿ ਇਹਦਾ ਬਾਹਰ ਜਾਣ ਦਾ ਐਗਜ਼ਿਟ ਦਾ ਰਸਤਾ ਇੱਕ ਹੀ ਸੀਗਾ, ਅਤੇ ਜਦੋਂ ਉਹ ਸਾਰੇ ਅੰਦਰ ਇਕੱਠੇ ਹੋ ਜਾਂਦੇ ਆ
ਤੇ ਜਨਰਲ ਡਾਇਰ ਆਦੇਸ਼ ਦਿੰਦਾ ਆ 10 ਤੋਂ 12 ਲੋਕ ਅਜਿਹੇ ਹੁੰਦੇ ਆ ਜਿਹੜੇ ਓਪਨ ਫਾਇਰ ਲੋਕਾਂ ਦੇ ਉੱਪਰ ਕਰ ਦਿੰਦੇ ਆ, ਲੋਕਾਂ ਉੱਪਰ ਗੋਲੀਆਂ ਚਲਾ ਦਿੰਦੇ ਆ, ਜਿਹਦੇ ਨਾਲ ਬ੍ਰਿਟਿਸ਼ ਸਿਸਟਮ ਦੇ ਵਿੱਚ ਤਾਂ ਅਨਅਫਿਸ਼ੀਅਲ ਉਹ ਦੱਸਦੇ ਆ ਕਿ 379 ਦੇ ਕਰੀਬ ਲੋਕਾਂ ਦਾ 379 ਲੋਕਾਂ ਦੀ ਮੌਤ ਹੋਈ ਆ, ਪਰ ਕਰੀਬ 1000 ਤੋਂ ਉੱਪਰ ਲੋਕ ਨਿਰਦੋਸ਼ ਲੋਕ ਇੱਥੇ ਮਾਰੇ ਗਏ ਸੀ। ਉਹ ਜਿਹੜਾ ਸਾਹਮਣੇ ਕੂਆਂ ਤੁਸੀਂ ਦੇਖ ਰਹੇ ਹੋ ਆਪਣੀ ਕੈਮਰਾ ਸਕਰੀਨ ਦੇ ਉੱਤੇ, ਉਹਦੇ ਵਿੱਚ ਤੁਸੀਂ ਇੰਨਾ ਦੇਖ ਲਓ ਕਿ 120 ਦੇ ਕਰੀਬ ਉਸ ਮਾਰਟੀਅਰ ਵੈਲ ਦੇ ਵਿੱਚ ਬੋਡੀਜ਼, ਡੈੱਡ ਬੋਡੀਜ਼ ਮਿਲੀਆਂ ਸੀ। 120 ਨਿਸ਼ਾਨ ਜਿਹੜੇ ਆ ਮੌਤ ਦੇ ਉੱਥੋਂ ਮਿਲ ਗਏ ਸੀ। ਛੋਟੇ ਬੱਚੇ ਸਨ, ਬਜ਼ੁਰਗ ਸਨ, ਉਹਨਾਂ ਨੇ ਗੋਲੀ ਨਾਲ ਬਚਣ ਨਾਲ ਖੂਹ 'ਚ ਛਾਲ ਮਾਰਤੀ। ਬਿਲਕੁਲ, ਉਹਨਾਂ ਨੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ, ਉੱਥੋਂ ਛਾਲ ਮਾਰੀ ਤਾਂ ਪਰ ਉਹ ਬਚ ਨਹੀਂ ਸਕੇ। ਸੋ ਇਹ ਉਹ ਮੈਮੋਰੀਅਲ ਸੀ ਜਿਹਦੇ ਵਿੱਚ ਵੱਡੇ ਲੈਵਲ 'ਤੇ ਲੋਕਾਂ ਨੇ ਆਪਣੀ ਜੀਵਨ ਤਿਆਗ ਕਰ ਦਿੱਤਾ। ਮੇਰੇ ਅੰਦਾਜ਼ੇ ਦੇ ਮੁਤਾਬਕ 1500 ਤੋਂ ਵੱਧ ਟੋਲ ਹੋਊਗੀ ਜਿਹਦੇ ਵਿੱਚ ਇਹਨਾਂ ਦੀਆਂ ਮੌਤਾਂ ਲੋਕਾਂ ਦੀਆਂ ਹੋਈਆਂ। ਔਰ ਇਸ ਜਲਿਆਂਵਾਲਾ ਬਾਗ ਮੈਮੋਰੀਅਲ ਨੂੰ ਬਣਾਇਆ ਗਿਆ, ਤੁਸੀਂ ਦੇਖੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਆ, ਇੱਥੇ ਨਤਮਸਤਕ ਹੋ ਰਹੀ ਆ, ਆਪਣੇ ਸ਼ਰਧਾ ਸੁਮਨ ਭੇਂਟ ਕਰ ਰਿਹਾ ਔਰ ਭਾਰਤ ਦੇ ਗੌਰਵਮਈ ਇਤਿਹਾਸ ਨਾਲ ਜਾਣੂ ਹੋ ਰਿਹਾ। ਪਰ ਇੱਕ ਚੀਜ਼ ਹੋ ਰਿਹਾ ਗਿਆ, 15 ਅਗਸਤ ਜਦੋਂ 1947 ਦੀ ਵੰਡ ਹੋਈ ਆ, ਉਹ ਕਹਿੰਦੇ ਕਿ ਜਦੋਂ ਵੰਡ ਹੋਈ ਆ ਤਾਂ ਜਿਹੜੀ ਟ੍ਰੇਨ ਆਈ ਸੀ ਉਹਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਦੇਖੋ ਇਹ ਵੀ ਬਹੁਤ ਵੱਡਾ ਦੁਖਾਂਤ ਆ, ਇਹ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਵੰਡ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਵਿਤਕਰੇ ਪੈ ਗਏ, ਵੱਖਰੇਵੇਂ ਹੋ ਗਏ, ਧਰਮ ਦੇ ਨਾਂ ਦੇ ਉੱਤੇ ਜੰਗਾਂ ਹੋਣ ਲੱਗ ਪਈਆਂ, ਬਹੁਤ ਸਾਰੀਆਂ ਲੜਾਈਆਂ ਹੋਈਆਂ, ਬੰਗਾਲ ਟ੍ਰੈਜਡੀ ਹੋਈ, ਪੰਜਾਬ ਦੇ ਵਿੱਚ ਕਈ ਵਾਕੇ ਪੇਸ਼ ਆਏ, ਆਪਸੀ ਧਰਮਾਂ ਦੇ ਵਿੱਚ ਜਦੋਂ ਪਾੜ ਪੈਦਾ ਹੋ ਗਿਆ ਅਤੇ ਉਹੀ ਪੰਜਾਬੀ ਲੋਕ ਭਾਵੇਂ ਉਹ ਵੱਖ ਵੱਖ ਧਰਮ ਦੇ ਸਨ, ਉਹਨਾਂ ਦੀ ਆਪਸ ਦੇ ਵਿੱਚ ਬਣਨੀ ਖਤਮ ਹੋ ਗਈ। ਇਹੀ ਕਾਰਨ ਬਣਿਆ ਕਿ ਲੋਕ ਆਪਣੇ ਘਰਾਂ ਨੂੰ ਛੱਡ ਛੱਡ ਤੁਰ ਗਏ, ਜੋ ਸੀਗਾ ਉਹ ਲੁੱਟਿਆ ਪੁੱਟਿਆ ਗਿਆ, ਅਤੇ ਫਿਰ ਉਹ ਲੋਕ ਕਈ ਵਾਰ ਕਿਸੇ ਚੀਜ਼ ਨੂੰ ਹਾਸਲ ਕਰਨ ਵਾਸਤੇ ਕੁਝ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਆ ਉਹ ਇਹਨਾਂ ਮੌਕਿਆਂ ਦਾ ਗਲਤ ਫਾਇਦਾ ਚੁੱਕਦੇ ਆ, ਉਹਨਾਂ ਨੇ ਦੰਗੇ ਕਰਾ ਦਿੱਤੇ, ਸਾਰੇ ਹਾਲਾਤ ਬਣ ਗਏ। ਇਹਦੇ ਨਾਲ ਪੰਜਾਬ ਵੰਡ ਵੇਲੇ ਵੀ ਬਹੁਤ ਵੱਡੀ ਮਾਰ ਪੰਜਾਬ ਨੇ ਸਹਿਣ ਕੀਤੀ ਆ, ਜਿਹੜੀ ਅੱਜ ਤੱਕ ਪੰਜਾਬ ਉਸ ਮਾਰ ਨੂੰ, ਉਸ ਖੂਨ ਨੂੰ, ਉਸ ਜ਼ਖਮ ਨੂੰ ਆਪਣੇ ਪਿੰਡੇ 'ਤੇ ਅੱਜ ਵੀ ਚੱਲ ਰਿਹਾ। ਇਹੋ ਹੀ ਜਿਨ੍ਹਾਂ ਨੇ ਵਾਕਿਆ ਦੇਖਿਆ ਉਹ ਜਦੋਂ ਇਹ ਚੀਜ਼ਾਂ ਸੋਚਦੇ ਨੇ ਉਹ ਸੁਪਨੇ ਦੇ ਵਿੱਚ ਅਜੇ ਤੱਕ ਆਉਂਦੇ, ਲੂਹ ਕੰਢੇ ਖੜ੍ਹੇ ਹੋ ਜਾਂਦੇ। ਦੇਖੋ ਬੜੀ ਦਰਦਨਾਕ ਤਸਵੀਰ ਬਿਆਨ ਕਰਦੇ ਆ ਇਹ ਵਾਕਿਆ, ਇਹ ਮੈਮੋਰੀਅਲ ਵੀ ਸਾਨੂੰ ਇਸ ਵੇਲੇ ਇਹੋ ਹੀ ਦੱਸ ਰਿਹਾ ਕਿ ਕਿੰਨੇ ਦਰਦਨਾਕ ਸੂਰਤ ਹਾਲ ਹੋਣਗੇ। ਕਈ ਬੋਡੀਜ਼ ਇੱਥੇ ਇੱਦਾਂ ਦੀਆਂ ਵੀ ਸੀ ਜਿਨ੍ਹਾਂ ਦੇ ਵਿੱਚ ਥੋੜ੍ਹੀ ਬਹੁਤੀ ਜਾਨ ਸੀ ਅਤੇ ਉਹਨਾਂ ਨੂੰ ਕੋਈ ਚੁੱਕਣ ਵਾਲਾ ਨਹੀਂ ਸੀ, ਦੋ ਦੋ ਤਿੰਨ ਤਿੰਨ ਦਿਨ ਇੱਥੇ ਪਈਆਂ ਰਹੀਆਂ ਅਤੇ ਫਿਰ ਕੋਈ ਨਾ ਕੋਈ ਬੰਦਾ ਆ ਕੇ, ਕੋਈ ਸਮਾਜ ਸੇਵਕ, ਕੋਈ ਚੰਗਾ ਭਲਾ ਇਨਸਾਨ ਹੈ, ਉਹਨੇ ਆ ਕੇ ਚੱਕਿਆ। ਸੋ ਮੈਂ ਇਹਦੀਆਂ ਬਹੁਤ ਸਾਰੀਆਂ ਸਟੋਰੀਜ਼ ਪੜ੍ਹੀਆਂ ਨੇ, ਦੇਖੀਆਂ ਨੇ, ਜਿਹਦੇ ਵਿੱਚ ਦਰਦ ਬਿਆਨ ਕੀਤਾ ਗਿਆ ਪੰਜਾਬੀਆਂ ਦਾ, ਪੰਜਾਬੀ ਕੌਮ ਦਾ। ਪੰਜਾਬ ਇੱਕ ਬਾਰਡਰ ਸਟੇਟ, ਵੇਖੋ ਜਦੋਂ ਆਜ਼ਾਦੀ ਮਿਲੀ ਤਾਂ ਪੰਜਾਬੀ ਸਭ ਤੋਂ ਮੋਹਰੀ ਸੀ, ਜਦੋਂ ਵੰਡ ਹੋਈ ਤਾਂ ਪੰਜਾਬ ਨੇ ਸੰਤਾਪ ਝੱਲਿਆ, ਅੱਜ ਨਾਰਕੋ ਟੈਰਿਜ਼ਮ ਪੰਜਾਬ ਦੇ ਵਿੱਚ ਵੱਡਾ ਆ, ਸੰਤਾਪ ਝੱਲ ਰਿਹਾ। ਇਸੇ ਬਾਗ ਦੇ ਵਿੱਚ ਇਸੇ ਕਰਕੇ ਬਾਹਰ ਊਧਮ ਸਿੰਘ ਦਾ ਸਟੈਚੂ ਵੀ ਲਗਾਇਆ ਗਿਆ ਐਂਟਰੈਂਸ ਦੇ ਉੱਪਰ। ਉਸ ਤੋਂ ਬਾਅਦ 36 ਗੋਲੀਆਂ ਦੇ ਨਿਸ਼ਾਨ ਪਰਲੇ ਪਾਸੇ ਇੱਕ ਦੀਵਾਰ ਬਣੀ ਆ ਜਿਹਦੇ ਵਿੱਚ 36 ਬੁਲਟ ਮਾਰਕਸ ਹੈਗੇ ਆ। ਫਲੇਮ ਆਫ ਲਿਬਰਟੀ ਇੱਥੇ ਬਣਾਇਆ ਗਿਆ ਆ, ਅਮਰਜੋਤ ਇੱਥੇ ਬਣਾਈ ਗਈ ਆ। ਉਸ ਤੋਂ ਬਾਅਦ ਮਾਰਟਿਸ ਵੈਲ ਜਿਹੜਾ ਖੂਹ ਆ ਜਿਹਦੇ ਵਿੱਚ ਬਲੀਦਾਨ ਦੇ ਕੇ ਲੋਕਾਂ ਨੇ ਜਾਨ ਬਚਾਉਣ ਵਾਸਤੇ ਛਾਲਾਂ ਮਾਰੀਆਂ, ਮੌਤ ਹੋਈ ਆ, ਉਹ ਇੱਥੇ ਬਣਾਇਆ ਗਿਆ। ਫਿਰ ਜਲਿਆਂਵਾਲਾ ਬਾਗ ਗਾਰਡਨ ਆ ਜਿੱਥੇ ਲੋਕ ਆਰਾਮ ਨਾਲ ਬੈਠ ਰਹੇ ਆ, ਇੱਥੇ ਵਿਚਾਰ ਕਰ ਰਹੇ ਆ ਕਿ ਕਿਸ ਪਰਪਜ਼ ਲਈ ਉਹ ਇੱਥੇ ਆਏ ਆ, ਕੀ ਦੇਖ ਰਹੇ ਆ। ਉਸ ਤੋਂ ਬਾਅਦ ਮਾਰਟੀਅਸ ਲਈ ਗੈਲਰੀ ਬਣਾਈ ਗਈ ਆ, ਮਿਊਜ਼ੀਅਮ ਬਣਾਇਆ ਗਿਆ, ਉਹ ਸਾਹਮਣੇ ਬਿਲਕੁਲ ਅਸੀਂ ਦੇਖ ਪਾ ਰਹੇ ਹਾਂ, ਉਹਦੇ ਬਾਰੇ ਵੀ ਉਹਦੀ ਨਿਸ਼ਾਨਦੇਹੀ ਕੀਤੀ ਗਈ ਆ। ਉਸ ਤੋਂ ਬਾਅਦ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਵੀ ਮੰਡੀ ਜੀ ਹੁੰਦਾ ਆ, ਜਿਹਦਾ ਆਨੰਦ ਲੋਕ ਮਾਣਦੇ ਆ, ਲੋਕ ਇਤਿਹਾਸ ਦੇ ਨਾਲ ਜਾਣੂ ਹੁੰਦੇ ਆ, ਪੰਜਾਬ ਦੀ ਸਕਾਫਤ, ਕਲਚਰ, ਵਿਰਾਸਤ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਬਲੀਦਾਨ ਦੇਣ ਦੀ ਭਾਵਨਾ ਦੇਸ਼ ਪ੍ਰਤੀ। ਕਿ ਬਜ਼ੁਰਗਾਂ ਨੇ ਅਤੇ ਸਾਡੇ ਵਡੇਰਿਆਂ ਨੇ ਦੇਸ਼ ਨੂੰ ਯਾਦ ਕਰਾਉਣ ਅਤੇ ਬੜੀਆਂ ਕੁਰਬਾਨੀਆਂ ਦਿੱਤੀਆਂ, ਪਰ ਲੱਗਦਾ ਕਿ ਉਹਨਾਂ ਕੁਰਬਾਨੀਆਂ ਨੂੰ ਅਸੀਂ ਸਾਂਭ ਸਕੇ। ਦੇਖੋ ਇਹ ਵੀ ਅਲਮੀਆਂ ਟ੍ਰੈਜਡੀ ਆ, ਦੁਖਾਂਤ ਆ ਕਿ ਅੱਜ ਪੰਜਾਬ ਦੇ ਵਿੱਚ
ਜਿੱਥੇ ਧਾਰਮਿਕ ਗ੍ਰੰਥਾਂ ਤੋਂ ਲੈ ਕੇ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ, ਬਲੀਦਾਨ ਤੋਂ ਉਹਨਾਂ ਦੀ ਬੇਕਦਰੀ ਹੋ ਰਹੀ ਆ, ਬੇਹੁਰਮਤੀ ਹੋ ਰਹੀ ਆ, ਬੇਅਦਬੀ ਹੋ ਰਹੀ ਆ, ਇਹ ਚੀਜ਼ਾਂ ਸਾਡੇ ਦਿਲ ਨੂੰ ਬਹੁਤ ਦਿਖਾਉਂਦੀਆਂ। ਮੈਨੂੰ ਤਾਂ ਲੱਗਦਾ ਹੈ ਕਿ ਇੱਕ ਇੱਦਾਂ ਦਾ ਇਨਵਾਇਰਮੈਂਟ ਬਣਾਇਆ ਜਾ ਰਿਹਾ ਕਿ ਜਿਹੜੀ ਸੂਰਵੀਰਾਂ ਬਹਾਦਰਾਂ ਦੀ, ਸੂਰਮਿਆਂ ਦੀ ਕੌਮ ਆ ਪੰਜਾਬੀ, ਉਹਦਾ ਇਤਿਹਾਸ, ਉਹਦਾ ਕਲਚਰ, ਉਹਦੀ ਸਕਾਫਤ, ਉਹਦਾ ਵਿਰਾਸਤ, ਉਹਦਾ ਸੱਭਿਆਚਾਰ, ਉਹਦੀ ਤਾਰੀਖ ਨੂੰ ਹੌਲੀ ਹੌਲੀ ਗ੍ਰੈਜੂਅਲੀ ਮਿਟਾ ਦਿੱਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਇਹਨਾਂ ਜਾਗਰੂਕਤਾ ਦੇ ਵਾਂਝੀ ਰਹਿ ਜਾਏ, ਲੋਕਾਂ ਨੂੰ ਆਪਣੇ ਇਤਿਹਾਸ ਤੋਂ ਹੀ ਸਮਝ ਨਾ ਆ ਸਕੇ, ਔਰ ਆਉਣ ਵਾਲੀ ਪੀੜ੍ਹੀ ਹੌਲੀ ਹੌਲੀ ਇਹਨਾਂ ਯੋਧਿਆਂ ਨੂੰ, ਇਹਨਾਂ ਸੂਰਵੀਰਾਂ ਨੂੰ, ਇਹਨਾਂ ਬਲੀਦਾਨੀਆਂ ਨੂੰ ਭੁੱਲ ਜਾਏ। ਲੱਗਦਾ ਕਿ ਲੋਕ ਇੱਥੇ ਰੀਲਾਂ ਬਣਾਉਣ ਵਾਸਤੇ ਆਉਂਦੇ ਨੇ, ਫੋਟੋਆਂ ਖਿਚਾਉਣ ਵਾਸਤੇ ਆਉਂਦੇ ਨੇ, ਜੇ ਕਿਸੇ ਨੂੰ ਪੁੱਛ ਲਓ ਇਤਿਹਾਸ 15 ਅਗਸਤ 1947 ਨੂੰ ਕਿਹਾ, ਕਿਸੇ ਨੂੰ ਪਤਾ ਨਹੀਂ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਵਧੇਰੇ ਤੌਰ ਦੇ ਉੱਤੇ ਸਾਡੇ ਐਜੂਕੇਸ਼ਨ ਸਿਸਟਮ 'ਚ ਵੀ ਕਮੀਆਂ ਖਾਮੀਆਂ ਅੱਜ ਕੱਲ੍ਹ ਆ ਰਹੀਆਂ ਕਿ ਅਸੀਂ ਵੈਸਟਰਨ ਐਜੂਕੇਸ਼ਨ ਵੱਲ ਜ਼ਿਆਦਾ ਜਾ ਰਹੇ ਹਾਂ। ਬਹੁਤੇ ਵਿਅਕਤੀਆਂ ਨੂੰ 15 ਅਗਸਤ ਅਤੇ 26 ਜਨਵਰੀ ਦੇ ਇਸ ਇਰਾ ਦੇ ਵਿੱਚ ਇਸ ਇਤਿਹਾਸ ਦਾ ਫਰਕ ਹੀ ਨਹੀਂ ਪਤਾ। ਸੋ ਇਹ ਵੀ ਵੱਡਾ ਦੁਖਾਂਤ ਦਾ ਬਾਇਸ ਬਣ ਰਿਹਾ ਕਿ ਲੋਕ ਇਹਨੂੰ ਐਜ਼ ਅ ਟੂਰਿਜ਼ਮ ਸੈਕਟਰ ਵੇਖ ਲੈਂਦੇ ਆ, ਐਜ਼ ਅ ਟੂਰਿਸਟ ਲੋਕ ਇੱਥੇ ਆਉਂਦੇ ਆ। ਹਾਂ ਠੀਕ ਹੈ, ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਐਡਮਿਨਿਸਟ੍ਰੇਟਿਵ ਅਮਲਾ ਜਿਹੜਾ ਆ ਇਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਉਪਰਾਲੇ ਤਾਂ ਕਰਦਾ ਆ। ਹਾਂ ਇਹਦੇ ਵਿੱਚ ਲੋਕਾਂ ਦੀ, ਸਿਵਿਲੀਅਨਸ ਦੀ, ਨਾਗਰਿਕਾਂ ਦੀ ਆਪਣੀ ਲਾਜ਼ਮ ਜ਼ਿੰਮੇਵਾਰੀ ਵੀ ਬਣਦੀ ਆ ਕਿ ਉਹ ਕਦੀ ਵੀ ਆਪਣੇ ਮਨੋਂ ਇਹਨਾਂ ਸ਼ਹੀਦਾਂ ਨੂੰ, ਇਹਨਾਂ ਬਲੀਦਾਨੀਆਂ ਨੂੰ, ਇਹਨਾਂ ਯੋਧਿਆਂ ਨੂੰ, ਮਾਰਟਿਰਸ ਨੂੰ ਦਿਲੋਂ ਨਾ ਵਿਸਾਰਨ ਅਤੇ ਇਹਨਾਂ ਦੇ ਇਹ ਸਾਰੇ ਸਿਸਟਮ ਨੂੰ ਸਤਿਕਾਰ ਮਾਨ ਦਿੰਦੇ ਰਹਿਣ ਔਰ ਆਪਣੀ ਸੋਚ ਨੂੰ ਔਰ ਦੇਸ਼ ਨੂੰ, ਦੇਸ਼ ਦੀ ਕੌਮ ਨੂੰ, ਪੰਜਾਬੀਆਂ ਨੂੰ ਇੱਦਾਂ ਹੀ ਬੁਲੰਦ ਕਰਕੇ ਰੱਖਣ। ਬਿਲਕੁਲ ਜੀ, 15 ਅਗਸਤ 1947 ਦੇਸ਼ ਦੀ ਵੰਡ ਹੋਈ ਅਤੇ ਦੇਸ਼ ਦੀ ਵੰਡ ਦੇ ਵਿੱਚ ਕਈ ਲੋਕ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਲੋਕ ਵਿਸ਼ਵ ਭਰ ਦੇ ਵਿੱਚੋਂ ਸ਼ਹੀਦੀ ਇਤਿਹਾਸਿਕ ਜਗ੍ਹਾ ਦੇ ਉੱਪਰ ਪਹੁੰਚਦੇ ਨੇ, ਜਲਿਆਂਵਾਲਾ ਬਾਗ, ਵਾਹਗਾ ਪੁਰਾਣਾ ਜਾਂ ਹੋਰ ਜਿਹੜੇ ਸ਼ਹੀਦੀ ਜਗ੍ਹਾ ਹੈਗੀਆਂ ਨੇ, ਕਿਉਂਕਿ ਸਾਡੇ ਬਜ਼ੁਰਗਾਂ ਨੇ ਜਾਂ ਵੱਡਿਆਂ ਨੇ ਦੇਸ਼ ਨੂੰ ਯਾਦ, ਅੰਗਰੇਜ਼ਾਂ ਤੋਂ ਗੁਲਾਮੀ ਨੂੰ ਛਡਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ, ਗੋਲੀਆਂ ਸਹੀਆਂ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ। ਜਿਨ੍ਹਾਂ ਨੇ ਯਾਦ ਕਰਾਇਆ ਉਹਨਾਂ ਸ਼ਹੀਦਾਂ ਨੂੰ ਆਜ਼ਾਦ ਕੀਤਾ ਜਾਂਦਾ। ਲਿਵਿੰਗ ਇੰਡੀਆ ਟੀਮ ਗਰਾਊਂਡ ਜ਼ੀਰੋ ਉੱਪਰ ਪਹੁੰਚੀ ਹੋਈ ਜਲਿਆਂਵਾਲੇ ਬਾਗ, ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਸ਼ਹੀਦਾਂ ਦੀਆਂ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ, ਕਈ ਅੰਗਰੇਜ਼ਾਂ ਦੇ ਨਾਲ ਸਾਜ਼ਾ ਕੀਤੀਆਂ, ਕਈਆਂ ਦੇ ਪਰਿਵਾਰ ਇਸ 47 ਦੀ ਜੰਗ ਦੇ ਵਿੱਚ ਵੰਡੇ ਗਏ। ਅਤੇ ਜਦੋਂ ਵੰਡ ਹੋਈ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਸਨ ਉਹ ਪੰਜਾਬ ਦੇ ਵਿੱਚ ਆ ਗਏ ਸਨ ਅਤੇ ਪੰਜਾਬ ਵਾਲੇ ਲੋਕ ਪਾਕਿਸਤਾਨ ਚਲ ਗਏ ਸਨ। ਵੰਡ ਹੋਈ ਸੀ, ਖੂਨ ਖਰਾਬਾ ਕਾਫੀ ਹੋਇਆ ਸੀ, ਜਿਹਦੇ ਵਿੱਚ ਛੋਟੇ ਛੋਟੇ ਬੱਚੇ ਮਾਰੇ ਗਏ। ਇਸ ਦਿਨ ਨੂੰ ਯਾਦ ਕੀਤਾ ਜਾਂਦਾ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ। ਅਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਨੂੰ ਜਲਿਆਂਵਾਲੇ ਬਾਗ ਦੀਆਂ, ਜਿੱਥੇ ਕਿ ਲੋਕ ਵਿਸ਼ਵ ਭਰ ਦੇ ਵਿੱਚੋਂ ਆ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਹ ਤਸਵੀਰ ਸਾਂਝੀ ਕਰ ਰਿਹਾ ਜਲਿਆਂਵਾਲੇ ਬਾਗ ਦੀ, ਜਿੱਥੇ ਕਿ ਜਦੋਂ ਦੇਸ਼ ਦੀ ਵੰਡ ਹੋਈ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਬਣ ਗਿਆ, ਕਈ ਪਰਿਵਾਰ ਬੇਕਾਰ ਹੋ ਗਏ, ਕਈ ਪੰਜਾਬ ਦੇ ਵਿੱਚ ਆ ਕੇ ਵੱਸ ਗਏ ਅਤੇ ਕਈ ਪਾਕਿਸਤਾਨ ਦੇ ਵਿੱਚ ਰਹਿੰਦੇ। ਅਤੇ ਫਿਰ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਬਣਾ ਦਿੱਤਾ। ਅਤੇ ਉਹਨਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਲੋਕ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜਾਗਰੂਕ ਕਰਾਉਣ ਵਾਸਤੇ ਇਸ ਜਲਿਆਂਵਾਲੇ ਬਾਗ ਵਿੱਚ ਲੈ ਕੇ ਪਹੁੰਚਦੇ ਨੇ। ਇਹ ਤਸਵੀਰਾਂ ਸਾਂਝੇ ਇਸ ਕਰਕੇ ਕਰ ਰਿਹਾ ਕਿਉਂਕਿ ਲੋਕ ਇਤਿਹਾਸ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਅਤੇ ਇਤਿਹਾਸ ਨਾਲ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਆ ਅਤੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਜਲਿਆਂਵਾਲੇ ਬਾਗ ਦੇ ਵਿੱਚ ਲਿਆਂਦੇ, ਕਿਉਂਕਿ ਲੋਕ ਇੱਥੇ ਆ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਿਆਂਵਾਲੇ ਬਾਗ ਦੀਆਂ। ਆ ਦੇਖ ਸਕਦੇ ਹੋ ਕਿ ਲੋਕ ਪੂਰੇ ਵਿਸ਼ਵ ਦੇ ਵਿੱਚੋਂ ਜਲਿਆਂਵਾਲੇ ਬਾਗ ਆਉਂਦੇ ਨੇ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਗਰੂਕ ਕਰਾਉਂਦੇ ਨੇ, ਕਿਉਂਕਿ ਦੇਸ਼ ਵਾਸਤੇ ਸਾਡੇ ਵਡੇਰਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ। ਕਿਉਂਕਿ ਜਦੋਂ ਅੰਗਰੇਜ਼ਾਂ ਦਾ ਸਮਾਂ ਸੀ ਪੰਜਾਬ ਦੇ ਉੱਪਰ ਬਹੁਤ ਉਹਨਾਂ ਦੇ ਵੱਲੋਂ ਸ਼ੱਦਰ ਕੀਤਾ ਗਿਆ, ਛੋਟੇ ਛੋਟੇ ਬੱਚਿਆਂ ਨੂੰ ਗੁਲਾਮ ਬਣਾਉਂਦੇ ਸਨ, ਬਜ਼ੁਰਗਾਂ ਨੂੰ ਗੁਲਾਮ ਬਣਾਉਂਦੇ ਸਨ, ਪਰ ਉਸ ਤੋਂ ਬਾਅਦ ਕਈ ਸੂਰਮੇ ਉੱਠੇ ਦੇਸ਼ ਨੂੰ ਯਾਦ ਕਰਵਾਉਣ ਵਾਸਤੇ। ਅਤੇ ਫਿਰ 15 ਅਗਸਤ 1947 ਨੂੰ ਜਦੋਂ ਦੇਸ਼ ਦੀ ਵੰਡ ਹੋਈ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਬਣਿਆ ਅਤੇ ਉਸਦੇ ਵਿੱਚ ਜਿਹੜਾ ਕਿ ਦੇਸ਼ ਆਜ਼ਾਦ ਹੋਇਆ। ਅਤੇ ਇਹਨਾਂ ਆਜ਼ਾਦੀ ਵਾਲੇ ਦਿਨ ਨੂੰ ਲੋਕ ਯਾਦ ਕਰਨ ਵਾਸਤੇ ਜਲਿਆਂਵਾਲੇ ਬਾਗ ਪਹੁੰਚਦੇ ਨੇ, ਵਾਹਗਾ ਟਾਰੀ ਪਹੁੰਚਦੇ ਨੇ, ਜਿੱਥੇ ਜਿੱਥੇ ਇਤਿਹਾਸਿਕ ਜਗ੍ਹਾ ਹੈਗੀਆਂ ਨੇ ਉਹਨਾਂ ਇਤਿਹਾਸਿਕ ਜਗ੍ਹਾ ਦੇ ਉੱਪਰ ਜਾ ਕੇ ਲੋਕ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਹ ਬਹੁਤ ਹੀ ਜ਼ਰੂਰੀ ਹੁੰਦਾ ਇਹ ਜਿਹੜੀਆਂ ਚੀਜ਼ਾਂ ਦੇ ਨਾਲ, ਕਿਉਂਕਿ ਜਿਨ੍ਹਾਂ ਨੇ ਸਾਨੂੰ ਗੁਲਾਮੀ ਤੋਂ ਰਾਹਤ ਦਵਾਈ ਹੋਵੇ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ। ਸਾਨੂੰ ਆਪਣਾ ਸਮਾਂ ਕੱਢ ਕੇ 15 ਅਗਸਤ 1947 ਨੂੰ ਜਦੋਂ ਦੇਸ਼ ਦਾ ਝੰਡਾ ਲਹਿਰਾਉਂਦੇ ਨੇ ਉਸ ਟਾਈਮ ਉਸੇ ਜਾ ਕੇ ਪਹੁੰਚਣਾ ਚਾਹੀਦਾ, ਆਪਣੇ ਬੱਚਿਆਂ ਨੂੰ ਖੜਨਾ ਚਾਹੀਦਾ, ਇਤਿਹਾਸਿਕ ਜਗ੍ਹਾ ਦੇ ਉੱਪਰ ਉਹਨਾਂ ਨੂੰ ਲਿਆ ਕੇ ਇਤਿਹਾਸ ਦੇ ਨਾਲ ਜਾਗਰੂਕ ਕਰਾਉਣਾ ਚਾਹੀਦਾ। ਆ ਦੇਖ ਸਕਦੇ ਹੋ ਕਿ ਪੂਰੇ ਸੰਸਾਰ ਦੇ ਵਿੱਚੋਂ ਇੱਥੇ ਲੋਕ ਪਹੁੰਚਦੇ ਨੇ, ਲੋਕ ਪਹੁੰਚ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਗਰੂਕ ਕਰਾਉਂਦੇ ਨੇ। ਕਿਉਂਕਿ 1947 ਦੇਸ਼ ਦੀ ਵੰਡ ਖੂਨ ਖਰਾਬਾ ਹੋਇਆ ਸੀ ਅਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਅਸੀਂ ਅੱਜ ਯਾਦ ਘੁੰਮ ਰਹੇ ਹਾਂ। ਨਹੀਂ ਤਾਂ ਜਦੋਂ ਦੇਸ਼ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਖੁੱਲ੍ਹੇ ਨਹੀਂ ਘੁੰਮ ਸਕਦੇ ਸਨ, ਅਤੇ ਲੋਕ ਇੱਥੇ ਆ ਕੇ ਸੈਲਫੀਆਂ ਕਰਾਉਂਦੇ ਨੇ, ਇਤਿਹਾਸ ਦੇ ਨਾਲ ਜਾਗਰੂਕ ਹੁੰਦੇ ਨੇ। ਇਸੇ ਕਰਕੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਉਹ ਗੁਲਾਮੀ ਤੋਂ ਰਾਹਤ ਮਿਲਦੀ ਨਜ਼ਰ ਆਈ। ਪੂਰੇ ਵਿਸ਼ਵ ਦੇ ਵਿੱਚੋਂ ਲੋਕ ਇੱਥੇ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ 15 ਅਗਸਤ 1947 ਨੂੰ ਜੋ ਘਟਨਾ ਵਾਪਰੀ ਸੀ, ਜੋ ਦੇਸ਼ ਦੀ ਵੰਡ ਹੋਈ ਅਤੇ ਜਲਿਆਂਵਾਲੇ ਬਾਗ ਉਹਨਾਂ ਸ਼ਹੀਦਾਂ ਨੂੰ ਆ ਕੇ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਵਾਇਆ। ਸਮਾਜ ਸੇਵਕ ਪਵਨ ਜੀ ਸਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜ਼ਿਆਦਾ ਜਾਣਕਾਰੀ ਲਵਾਂਗੇ, ਕਿਉਂਕਿ ਲੋਕ ਦੇਖ ਸਕਦੇ ਕਿ ਲੋਕ ਪਹੁੰਚਦੇ ਨੇ ਇੱਕ ਚਿਹਰੇ 'ਤੇ ਜਦੋਂ ਤੁਸੀਂ ਜਲਿਆਂਵਾਲੇ ਬਾਗ ਦੇ ਅੰਦਰ ਆਉਂਦੇ ਹੋ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ। ਪਵਨ ਜੀ ਕੀ ਕਹਿਣਾ ਚਾਹੋਗੇ 15 ਅਗਸਤ 1947 ਨੂੰ ਜੋ ਦੇਸ਼ ਦੀ ਵੰਡ ਹੋਈ, ਉਸ ਤੋਂ ਬਾਅਦ ਪਹਿਲਾਂ ਅੰਗਰੇਜ਼ਾਂ ਦਾ ਜਿਹੜਾ ਕਿ ਕਾਫੀ ਗੁਲਾਮੀ ਕੀਤੀ ਭਾਰਤ ਦੇ ਲੋਕਾਂ ਨੇ, ਅਤੇ ਕਾਫੀ ਸਦੀਆਂ ਤੋਂ ਬਾਅਦ ਜਿਹੜੀ ਕਿ 15 ਅਗਸਤ 1947 ਨੂੰ ਜਦੋਂ ਦੇਸ਼ ਦੀ ਵੰਡ ਹੁੰਦੀ ਆ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਜਾਂਦਾ, ਕੀ ਇਤਿਹਾਸ ਹੈਗਾ ਜਲਿਆਂ? ਦੇਖੋ ਮਨੀ ਜੀ, ਆਪ ਜੀ ਦਾ ਬਹੁਤ ਧੰਨਵਾਦ ਆ ਕਿ ਇਸ ਇਤਿਹਾਸਿਕ ਦਿਨ ਜਦੋਂ ਕਿ ਅਸੀਂ ਭਾਰਤ ਦੀ ਆਜ਼ਾਦੀ ਦਿਵਸ ਮਨਾਉਣ ਜਾ ਰਹੇ ਹਾਂ, ਉਸ ਉਪਰਾਲੇ ਦੇ ਵਿੱਚ ਤੁਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ, ਜਿੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣਾ ਜੀਵਨ ਬਲੀਦਾਨ ਦਿੱਤਾ 13 ਅਪ੍ਰੈਲ 1919 ਨੂੰ। ਸੋ ਇਸ ਵਾਕਿਆ ਦੀ ਪਿਛਲੀ 13 ਅਪ੍ਰੈਲ ਨੂੰ 105ਵੀਂ ਅਸੀਂ ਐਨੀਵਰਸਰੀ ਵੀ ਮਨਾਈ ਆ, ਜਿਹਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਬਰੂਟਲ ਐਟਰੋਸਿਟੀਜ਼, ਬ੍ਰਿਟਿਸ਼ ਕਲੋਨੀਅਲ ਰੂਲ, ਜਿਹੜੀ ਬ੍ਰਿਟਿਸ਼ ਆਰਮੀ ਆ ਉਹਨਾਂ ਨੇ ਸਾਡੇ ਭਾਰਤ ਦੇ ਨਾਗਰਿਕਾਂ ਨੂੰ ਦਿੱਤਾ। ਇਹੀ ਜਗ੍ਹਾ ਸੀ ਜਿੱਥੇ ਕੀਮਤੀ ਜਾਨਾਂ, ਨਿਰਦੋਸ਼ ਜਾਨਾਂ ਗਈਆਂ, ਉਸ ਬ੍ਰਿਗੇਡੀਅਰ ਜਨਰਲ ਡਾਇਰ ਦੇ ਵੱਲੋਂ ਜਿਹੜਾ ਆਦੇਸ਼ ਜਾਰੀ ਹੋਇਆ ਸੀ ਇਸ ਜਲਿਆਂਵਾਲੇ ਬਾਗ ਦੇ ਵਿੱਚ। ਇਹ ਜਲਿਆਂਵਾਲਾ ਬਾਗ ਕਰੀਬ 6.5 ਏਕੜ ਲੈਂਡ ਦੇ ਵਿੱਚ ਬਣਿਆ, ਉਹਦੇ ਵਿੱਚ ਪਬਲਿਕ ਗਾਰਡਨਸ ਬਣਾਏ ਗਏ ਆ, ਨੈਸ਼ਨਲ ਸਿਗਨੀਫਿਕੈਂਸ ਰੱਖਦਾ ਆ ਪੂਰੇ ਭਾਰਤ ਦੇ ਦੇਸ਼ ਵਾਸੀਆਂ ਲਈ। ਔਰ ਇਹਦਾ ਇਤਿਹਾਸ ਤਾਂ ਇਹ ਆ ਕਿ ਇਹ ਜਿਹੜੀ 6.5 ਏਕੜ ਦੀ ਜ਼ਮੀਨ ਆ, ਇਹ ਦੱਸੀ ਜਾਂਦੀ ਆ ਕਿ ਭਾਈ ਹਿੰਮਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਇੱਕ ਪ੍ਰਾਈਵੇਟ ਪ੍ਰਾਪਰਟੀ ਸੀ। ਉਸ ਤੋਂ ਬਾਅਦ ਜਦੋਂ ਭਾਰਤ ਦੇਸ਼ ਦੇ ਵਿੱਚ, ਜਦੋਂ ਤੁਸੀਂ ਸਮਝ ਲਓ ਕਿ ਰੌਲਟ ਐਕਟ
1919 ਦੇ ਵਿੱਚ ਪਾਸ ਹੁੰਦਾ ਆ ਔਰ ਵਰਲਡ ਵਾਰ 1 ਦੇ ਵਿੱਚ ਭਾਰਤੀ ਸੈਨਿਕ ਜਦੋਂ ਉਹਨਾਂ ਦੀ ਸਪੋਰਟ ਕਰਦੇ ਆ ਵਰਲਡ ਵਾਰ ਦੇ ਵਿੱਚ ਉਹਨਾਂ ਦੀ ਕੀਮਤੀ ਜਾਨਾਂ ਜਾਂਦੀਆਂ ਦੇਸ਼ ਦੇ ਵਿੱਚ ਮਹਿੰਗਾਈ ਹੁੰਦੀ ਆ ਟੈਕਸੇਸ਼ਨ ਵੱਧ ਲੱਗਦੀ ਆ ਅਤੇ ਉਹਦੇ ਵਿਰੋਧ ਦੇ ਵਿੱਚ ਰੌਲਟ ਐਕਟ ਜਿਹੜਾ ਨਾ ਅਪੀਲ ਨਾ ਦਲੀਲ ਉਸ ਐਕਟ ਦੇ ਵਿਰੋਧ ਦੇ ਵਿੱਚ ਜਦੋਂ ਵੱਡੇ ਲੈਵਲ 'ਤੇ ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀ ਇਸ ਏਰੀਆ ਦੇ ਵਿੱਚ ਇਕੱਠੇ ਹੁੰਦੇ ਆ ਅਤੇ ਉਹ ਇਹ ਵੀ ਵੇਖਦੇ ਆ ਕਿ ਜਦੋਂ ਉਹਨਾਂ ਦੇ ਦੋ ਅੱਛੇ ਜਿਹੜੇ ਸੋਸ਼ਲ ਕਾਰਜਕਰਤਾ ਹੁੰਦੇ ਆ ਡਾਕਟਰ ਸੱਤਿਆਪਾਲ ਔਰ ਡਾਕਟਰ ਸੈਫੁਦੀਨ ਉਹ ਜਦੋਂ ਇੱਥੇ ਉਹਨਾਂ ਦੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਵੀ ਜਦੋਂ ਪ੍ਰਦਰਸ਼ਨ ਕਰਦੇ ਆ ਅਤੇ ਅੰਗਰੇਜ਼ ਹਕੂਮਤ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੁੰਦੀ ਆ ਕਿ ਚਾਰ ਤੋਂ ਵੱਧ ਲੋਕ ਅਸੈਂਬਲ ਨਹੀਂ ਹੋਣਗੇ ਇਕੱਠੇ ਨਹੀਂ ਹੋਣਗੇ ਪਰ ਭਾਰਤੀਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਉਹ ਜਦੋਂ ਇਕੱਠੇ ਹੁੰਦੇ ਆ ਅਤੇ ਉਸ ਗੱਲ ਦੇ ਵਿਰੋਧ ਦੇ ਵਿੱਚ ਜੇ ਉਹ ਅੱਗੋਂ ਫਾਇਰਿੰਗ ਕਰਦੇ ਆ ਅਤੇ ਭਾਰਤੀ ਲੋਕ ਇੱਟਾਂ ਪੱਥਰ ਚਲਾਉਣ ਦੀ ਯਤਨ ਕਰਦੇ ਆ ਸੋ ਉਸ ਗੁੱਸੇ ਦੇ ਵਿੱਚ ਆ ਕੇ ਜਨਰਲ ਡਾਇਰ ਨੇ ਇੱਕ ਇੱਦਾਂ ਦਾ ਤਰੀਕਾ ਅਪਣਾਇਆ ਕਿ ਇਹਦੇ ਅੰਦਰ ਉਹਨਾਂ ਲੋਕਾਂ ਨੂੰ ਇਕੱਠਾ ਕਰ ਲਿਆ ਜਾਵੇ ਕਿਉਂਕਿ ਇਹਦਾ ਬਾਹਰ ਜਾਣ ਦਾ ਐਗਜ਼ਿਟ ਦਾ ਰਸਤਾ ਇੱਕ ਹੀ ਸੀਗਾ ਅਤੇ ਜਦੋਂ ਉਹ ਸਾਰੇ ਅੰਦਰ ਇਕੱਠੇ ਹੋ ਜਾਂਦੇ ਆ ਅਤੇ ਜਨਰਲ ਡਾਇਰ ਆਦੇਸ਼ ਦਿੰਦਾ ਆ 10 ਤੋਂ 12 ਲੋਕ ਅਜਿਹੇ ਹੁੰਦੇ ਆ ਜਿਹੜੇ ਓਪਨ ਫਾਇਰ ਲੋਕਾਂ ਦੇ ਉੱਪਰ ਕਰ ਦਿੰਦੇ ਆ ਲੋਕਾਂ ਉੱਪਰ ਗੋਲੀਆਂ ਚਲਾ ਦਿੰਦੇ ਆ ਜਿਹਦੇ ਨਾਲ ਬ੍ਰਿਟਿਸ਼ ਸਿਸਟਮ ਦੇ ਵਿੱਚ ਤਾਂ ਅਨਅਫੀਸ਼ੀਅਲ ਉਹ ਦੱਸਦੇ ਆ ਕਿ 379 ਦੇ ਕਰੀਬ ਲੋਕਾਂ ਦਾ 379 ਲੋਕਾਂ ਦੀ ਮੌਤ ਹੋਈ ਆ ਪਰ ਕਰੀਬ 1000 ਤੋਂ ਉੱਪਰ ਲੋਕ ਨਿਰਦੋਸ਼ ਲੋਕ ਇੱਥੇ ਮਾਰੇ ਗਏ ਸੀ ਉਹ ਜਿਹੜਾ ਸਾਹਮਣੇ ਕੂਆਂ ਤੁਸੀਂ ਦੇਖ ਰਹੇ ਹੋ ਆਪਣੀ ਕੈਮਰਾ ਸਕਰੀਨ ਦੇ ਉੱਤੇ ਉਹਦੇ ਵਿੱਚ ਤੁਸੀਂ ਇੰਨਾ ਦੇਖ ਲਓ ਕਿ 120 ਦੇ ਕਰੀਬ ਉਸ ਮਾਰਟੀਅਰ ਵੈਲ ਦੇ ਵਿੱਚ ਬੋਡੀਜ਼ ਡੈੱਡ ਬੋਡੀਜ਼ ਮਿਲੀਆਂ ਸੀ 120 ਨਿਸ਼ਾਨ ਜਿਹੜੇ ਆ ਮੌਤ ਦੇ ਉੱਥੋਂ ਮਿਲ ਗਏ ਸੀ ਛੋਟੇ ਛੋਟੇ ਬੱਚੇ ਸਨ ਬਜ਼ੁਰਗ ਸਨ ਉਹਨਾਂ ਨੇ ਗੋਲੀ ਨਾਲ ਬਚਣ ਨਾਲ ਖੂਹ 'ਚ ਛਾਲ ਮਾਰਤੀ ਬਿਲਕੁਲ ਉਹਨਾਂ ਨੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ ਉੱਥੋਂ ਛਾਲ ਮਾਰੀ ਤਾਂ ਪਰ ਉਹ ਬਚ ਨਹੀਂ ਸਕੇ ਸੋ ਇਹ ਉਹ ਮੈਮੋਰੀਅਲ ਸੀ ਜਿਹਦੇ ਵਿੱਚ ਵੱਡੇ ਲੈਵਲ 'ਤੇ ਲੋਕਾਂ ਨੇ ਆਪਣੀ ਜੀਵਨ ਤਿਆਗ ਕਰ ਦਿੱਤਾ ਮੇਰੇ ਅੰਦਾਜ਼ੇ ਦੇ ਮੁਤਾਬਕ 1500 ਤੋਂ ਵੱਧ ਟੋਲ ਹੋਊਗੀ ਜਿਹਦੇ ਵਿੱਚ ਇਹਨਾਂ ਦੀਆਂ ਮੌਤਾਂ ਲੋਕਾਂ ਦੀਆਂ ਹੋਈਆਂ ਔਰ ਇਸ ਜਲਿਆਂਵਾਲਾ ਬਾਗ ਮੈਮੋਰੀਅਲ ਨੂੰ ਬਣਾਇਆ ਗਿਆ ਤੁਸੀਂ ਦੇਖੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਆ ਇੱਥੇ ਨਤਮਸਤਕ ਹੋ ਰਹੀ ਆ ਆਪਣੇ ਸ਼ਰਧਾ ਸੁਮਨ ਭੇਂਟ ਕਰ ਰਿਹਾ ਔਰ ਭਾਰਤ ਦੇ ਗੌਰਵਮਈ ਇਤਿਹਾਸ ਨਾਲ ਜਾਣੂ ਹੋ ਰਿਹਾ ਪਰ ਇੱਕ ਚੀਜ਼ ਹੋ ਰਹੀ ਹੈ 15 ਅਗਸਤ ਜਦੋਂ 1947 ਦੀ ਵੰਡ ਹੋਈ ਆ ਉਹ ਕਹਿੰਦੇ ਕਿ ਜਦੋਂ ਵੰਡ ਹੋਈ ਆ ਤਾਂ ਜਿਹੜੀ ਟ੍ਰੇਨ ਆਈ ਸੀ ਉਹਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ ਦੇਖੋ ਇਹ ਵੀ ਬਹੁਤ ਵੱਡਾ ਦੁਖਾਂਤ ਆ ਇਹ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਵੰਡ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਵਿਤਕਰੇ ਪੈ ਗਏ ਵੱਖਰੇਵੇਂ ਹੋ ਗਏ ਧਰਮ ਦੇ ਨਾਂ ਦੇ ਉੱਤੇ ਜੰਗਾਂ ਹੋਣ ਲੱਗ ਪਈਆਂ ਬਹੁਤ ਸਾਰੀਆਂ ਲੜਾਈਆਂ ਹੋਈਆਂ ਬੰਗਾਲ ਟ੍ਰੈਜਡੀ ਹੋਈ ਪੰਜਾਬ ਦੇ ਵਿੱਚ ਕਈ ਵਾਕੇ ਪੇਸ਼ ਆਏ ਆਪਸੀ ਧਰਮਾਂ ਦੇ ਵਿੱਚ ਜਦੋਂ ਪਾੜ ਪੈਦਾ ਹੋ ਗਿਆ ਅਤੇ ਉਹੀ ਪੰਜਾਬੀ ਲੋਕ ਭਾਵੇਂ ਉਹ ਵੱਖ ਵੱਖ ਧਰਮ ਦੇ ਸਨ ਉਹਨਾਂ ਦੀ ਆਪਸ ਦੇ ਵਿੱਚ ਬਣਨੀ ਖਤਮ ਹੋ ਗਈ ਇਹੀ ਕਾਰਨ ਬਣਿਆ ਕਿ ਲੋਕ ਆਪਣੇ ਘਰਾਂ ਨੂੰ ਛੱਡ ਛੱਡ ਤੁਰ ਗਏ ਜੋ ਸੀਗਾ ਉਹ ਲੁੱਟਿਆ ਪੁੱਟਿਆ ਗਿਆ ਅਤੇ ਫਿਰ ਉਹ ਲੋਕ ਕਈ ਵਾਰ ਕਿਸੇ ਚੀਜ਼ ਨੂੰ ਹਾਸਲ ਕਰਨ ਵਾਸਤੇ ਕੁਝ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਆ ਉਹ ਇਹਨਾਂ ਮੌਕਿਆਂ ਦਾ ਗਲਤ ਫਾਇਦਾ ਚੁੱਕਦੇ ਆ ਉਹਨਾਂ ਨੇ ਦੰਗੇ ਕਰਾ ਦਿੱਤੇ ਸਾਰੇ ਹਾਲਾਤ ਬਣ ਗਏ ਇਹਦੇ ਨਾਲ ਪੰਜਾਬ ਵੰਡ ਵੇਲੇ ਵੀ ਬਹੁਤ ਵੱਡੀ ਮਾਰ ਪੰਜਾਬ ਨੇ ਸਹਿਣ ਕੀਤੀ ਆ ਜਿਹੜੀ ਅੱਜ ਤੱਕ ਪੰਜਾਬ ਉਸ ਮਾਰ ਨੂੰ ਉਸ ਖੂਨ ਨੂੰ ਉਸ ਜ਼ਖਮ ਨੂੰ ਆਪਣੇ ਪਿੰਡੇ 'ਤੇ ਅੱਜ ਵੀ ਚੱਲ ਰਿਹਾ ਇਹੋ ਹੀ ਜਿਨ੍ਹਾਂ ਨੇ ਵਾਕਿਆ ਦੇਖਿਆ ਉਹ ਜਦੋਂ ਚੀਜ਼ਾਂ ਸੋਚਦੇ ਨੇ ਉਹ ਸੁਪਨੇ ਦੇ ਵਿੱਚ ਅਜੇ ਤੱਕ ਆਉਂਦੇ ਲੂ ਕੰਢੇ ਖੜੇ ਹੋ ਜਾਂਦੇ ਦੇਖੋ ਬੜੀ ਦਰਦਨਾਕ ਤਸਵੀਰ ਬਿਆਨ ਕਰਦੇ ਆ ਇਹ ਵਾਕਿਆ ਇਹ ਮੈਮੋਰੀਅਲ ਵੀ ਸਾਨੂੰ ਇਸ ਵੇਲੇ ਇਹੋ ਹੀ ਦੱਸ ਰਿਹਾ ਕਿ ਕਿੰਨੇ ਦਰਦਨਾਕ ਸੂਰਤ ਹਾਲ ਹੋਣਗੇ ਕਈ ਬੋਡੀਜ਼ ਇੱਥੇ ਇੱਦਾਂ ਦੀਆਂ ਵੀ ਸੀ ਜਿਨ੍ਹਾਂ ਦੇ ਵਿੱਚ ਥੋੜ੍ਹੀ ਬਹੁਤੀ ਜਾਨ ਸੀ ਅਤੇ ਉਹਨਾਂ ਨੂੰ ਕੋਈ ਚੁੱਕਣ ਵਾਲਾ ਨਹੀਂ ਸੀ ਦੋ ਦੋ ਤਿੰਨ ਤਿੰਨ ਦਿਨ ਇੱਥੇ ਪਈਆਂ ਰਹੀਆਂ ਅਤੇ ਫਿਰ ਕੋਈ ਨਾ ਕੋਈ ਬੰਦਾ ਆ ਕੇ ਕੋਈ ਸਮਾਜ ਸੇਵਕ ਕੋਈ ਚੰਗਾ ਭਲਾ ਇਨਸਾਨ ਹੈ ਉਹਨੇ ਆ ਕੇ ਚੱਕਿਆ ਸੋ ਮੈਂ ਇਹਦੀਆਂ ਬਹੁਤ ਸਾਰੀਆਂ ਸਟੋਰੀਜ਼ ਪੜ੍ਹੀਆਂ ਨੇ ਦੇਖੀਆਂ ਨੇ ਜਿਹਦੇ ਵਿੱਚ ਦਰਦ ਬਿਆਨ ਕੀਤਾ ਗਿਆ ਪੰਜਾਬੀਆਂ ਦਾ ਪੰਜਾਬੀ ਕੌਮ ਦਾ ਪੰਜਾਬ ਇੱਕ ਬਾਰਡਰ ਸਟੇਟ ਵੇਖੋ ਜਦੋਂ ਆਜ਼ਾਦੀ ਮਿਲੀ ਤਾਂ ਪੰਜਾਬੀ ਸਭ ਤੋਂ ਮੋਹਰੀ ਸੀ ਜਦੋਂ ਵੰਡ ਹੋਈ ਤਾਂ ਪੰਜਾਬ ਨੇ ਸੰਤਾਪ ਝੱਲਿਆ ਅੱਜ ਨਾਰਕੋ ਟੈਰਰਿਜ਼ਮ ਪੰਜਾਬ ਦੇ ਵਿੱਚ ਵੱਡਾ ਆ ਸੰਤਾਪ ਚੱਲ ਰਿਹਾ ਇਸੇ ਬਾਗ ਦੇ ਵਿੱਚ
ਇਸੇ ਕਰਕੇ ਬਾਹਰ ਊਧਮ ਸਿੰਘ ਦਾ ਸਟੈਚੂ ਵੀ ਲਗਾਇਆ ਗਿਆ ਐਂਟਰੈਂਸ ਦੇ ਉੱਪਰ। ਉਸ ਤੋਂ ਬਾਅਦ 36 ਗੋਲੀਆਂ ਦੇ ਨਿਸ਼ਾਨ ਪਰਲੇ ਪਾਸੇ ਇੱਕ ਦੀਵਾਰ ਬਣੀ ਆ ਜਿਹਦੇ ਵਿੱਚ 36 ਬੁਲਟ ਮਾਰਕਸ ਹੈਗੇ ਆ। ਫਲੇਮ ਆਫ ਲਿਬਰਟੀ ਇੱਥੇ ਬਣਾਇਆ ਗਿਆ ਆ, ਅਮਰਜੋਤ ਇੱਥੇ ਬਣਾਈ ਗਈ ਆ। ਉਸ ਤੋਂ ਬਾਅਦ ਮਾਰਟਿਰਸ ਵੈਲ ਜਿਹੜਾ ਖੂਹ ਆ ਜਿਹਦੇ ਵਿੱਚ ਬਲੀਦਾਨ ਦੇ ਕੇ ਲੋਕਾਂ ਨੇ ਜਾਨ ਬਚਾਉਣ ਵਾਸਤੇ ਛਾਲਾਂ ਮਾਰੀਆਂ, ਮੌਤ ਹੋਈ ਆ, ਉਹ ਇੱਥੇ ਬਣਾਇਆ ਗਿਆ। ਫਿਰ ਜਲਿਆਂਵਾਲਾ ਬਾਗ ਗਾਰਡਨ ਆ ਜਿੱਥੇ ਲੋਕ ਆਰਾਮ ਨਾਲ ਬੈਠ ਰਹੇ ਆ, ਇੱਥੇ ਵਿਚਾਰ ਕਰ ਰਹੇ ਆ ਕਿ ਕਿਸ ਪਰਪਜ਼ ਲਈ ਉਹ ਇੱਥੇ ਆਏ ਆ, ਕੀ ਦੇਖ ਰਹੇ ਆ। ਉਸ ਤੋਂ ਬਾਅਦ ਮਾਰਟਿਰਸ ਲਈ ਗੈਲਰੀ ਬਣਾਈ ਗਈ ਆ, ਮਿਊਜ਼ੀਅਮ ਬਣਾਇਆ ਗਿਆ, ਉਹ ਸਾਹਮਣੇ ਬਿਲਕੁਲ ਅਸੀਂ ਦੇਖ ਪਾ ਰਹੇ ਹਾਂ, ਉਹਦੇ ਬਾਰੇ ਵੀ ਉਹਦੀ ਨਿਸ਼ਾਨਦੇਹੀ ਕੀਤੀ ਗਈ ਆ। ਉਸ ਤੋਂ ਬਾਅਦ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਵੀ ਮੰਡੀ ਜੀ ਹੁੰਦਾ ਆ, ਜਿਹਦਾ ਆਨੰਦ ਲੋਕ ਮਾਣਦੇ ਆ। ਲੋਕ ਇਤਿਹਾਸ ਦੇ ਨਾਲ ਜਾਣੂ ਹੁੰਦੇ ਆ, ਪੰਜਾਬ ਦੀ ਸਕਾਫਤ, ਕਲਚਰ, ਵਿਰਾਸਤ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਬਲੀਦਾਨ ਦੇਣ ਦੀ ਭਾਵਨਾ ਦੇਸ਼ ਪ੍ਰਤੀ। ਕਿ ਬਜ਼ੁਰਗਾਂ ਨੇ ਅਤੇ ਸਾਡੇ ਵਡੇਰਿਆਂ ਨੇ ਦੇਸ਼ ਨੂੰ ਯਾਦ ਕਰਾਉਣ ਅਤੇ ਬੜੀਆਂ ਕੁਰਬਾਨੀਆਂ ਦਿੱਤੀਆਂ, ਪਰ ਲੱਗਦਾ ਕਿ ਉਹਨਾਂ ਕੁਰਬਾਨੀਆਂ ਨੂੰ ਅਸੀਂ ਸਾਂਭ ਸਕੇ। ਦੇਖੋ ਇਹ ਵੀ ਅਲਮੀਆਂ ਟ੍ਰੈਜਡੀ ਆ, ਦੁਖਾਂਤ ਆ ਕਿ ਅੱਜ ਪੰਜਾਬ ਦੇ ਵਿੱਚ ਜਿੱਥੇ ਧਾਰਮਿਕ ਗ੍ਰੰਥਾਂ ਤੋਂ ਲੈ ਕੇ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ, ਬਲੀਦਾਨ ਤੋਂ ਉਹਨਾਂ ਦੀ ਬੇਕਦਰੀ ਹੋ ਰਹੀ ਆ, ਬੇਹੁਰਮਤੀ ਹੋ ਰਹੀ ਆ, ਬੇਅਦਬੀ ਹੋ ਰਹੀ ਆ, ਇਹ ਚੀਜ਼ਾਂ ਸਾਡੇ ਦਿਲ ਨੂੰ ਬਹੁਤ ਦਿਖਾਉਂਦੀਆਂ। ਮੈਨੂੰ ਤਾਂ ਲੱਗਦਾ ਹੈ ਕਿ ਇੱਕ ਇੱਦਾਂ ਦਾ ਇਨਵਾਇਰਮੈਂਟ ਬਣਾਇਆ ਜਾ ਰਿਹਾ ਕਿ ਜਿਹੜੀ ਸੂਰਵੀਰਾਂ ਬਹਾਦਰਾਂ ਦੀ, ਸੂਰਮਿਆਂ ਦੀ ਕੌਮ ਆ ਪੰਜਾਬੀ, ਉਹਦਾ ਇਤਿਹਾਸ, ਉਹਦਾ ਕਲਚਰ, ਉਹਦੀ ਸਕਾਫਤ, ਉਹਦਾ ਵਿਰਾਸਤ, ਉਹਦਾ ਸੱਭਿਆਚਾਰ, ਉਹਦੀ ਤਾਰੀਖ ਨੂੰ ਹੌਲੀ ਹੌਲੀ ਗ੍ਰੈਜੂਅਲੀ ਮਿਟਾ ਦਿੱਤਾ ਜਾਵੇ, ਤਾਂ ਜੋ ਆਉਣ ਵਾਲੀ ਪੀੜ੍ਹੀ ਇਹਨਾਂ ਜਾਗਰੂਕਤਾ ਦੇ ਵਾਂਝੀ ਰਹਿ ਜਾਏ, ਲੋਕਾਂ ਨੂੰ ਆਪਣੇ ਇਤਿਹਾਸ ਤੋਂ ਹੀ ਸਮਝ ਨਾ ਆ ਸਕੇ, ਔਰ ਆਉਣ ਵਾਲੀ ਪੀੜ੍ਹੀ ਹੌਲੀ ਹੌਲੀ ਇਹਨਾਂ ਯੋਧਿਆਂ ਨੂੰ, ਇਹਨਾਂ ਸੂਰਵੀਰਾਂ ਨੂੰ, ਇਹਨਾਂ ਬਲੀਦਾਨੀਆਂ ਨੂੰ ਭੁੱਲ ਜਾਏ। ਲੱਗਦਾ ਕਿ ਲੋਕ ਇੱਥੇ ਰੀਲਾਂ ਬਣਾਉਣ ਵਾਸਤੇ ਆਉਂਦੇ ਨੇ, ਫੋਟੋਆਂ ਖਿਚਾਉਣ ਵਾਸਤੇ ਆਉਂਦੇ ਨੇ, ਜੇ ਕਿਸੇ ਨੂੰ ਪੁੱਛ ਲਓ ਇਤਿਹਾਸ 15 ਅਗਸਤ 1947 ਨੂੰ, ਕਿਸੇ ਨੂੰ ਪਤਾ ਨਹੀਂ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਵਧੇਰੇ ਤੌਰ ਦੇ ਉੱਤੇ ਸਾਡੇ ਐਜੂਕੇਸ਼ਨ ਸਿਸਟਮ 'ਚ ਵੀ ਕਮੀਆਂ ਖਾਮੀਆਂ ਅੱਜ ਕੱਲ੍ਹ ਆ ਰਹੀਆਂ ਕਿ ਅਸੀਂ ਵੈਸਟਰਨ ਐਜੂਕੇਸ਼ਨ ਵੱਲ ਜ਼ਿਆਦਾ ਜਾ ਰਹੇ ਹਾਂ। ਬਹੁਤੇ ਵਿਅਕਤੀਆਂ ਨੂੰ 15 ਅਗਸਤ ਅਤੇ 26 ਜਨਵਰੀ ਦੇ ਇਸ ਇਰਾ ਦੇ ਵਿੱਚ ਇਸ ਇਤਿਹਾਸ ਦਾ ਫਰਕ ਹੀ ਨਹੀਂ ਪਤਾ। ਸੋ ਇਹ ਵੀ ਵੱਡਾ ਦੁਖਾਂਤ ਦਾ ਬਾਇਸ ਬਣ ਰਿਹਾ ਕਿ ਲੋਕ ਇਹਨੂੰ ਐਜ਼ ਅ ਟੂਰਿਜ਼ਮ ਸੈਕਟਰ ਵੇਖ ਲੈਂਦੇ ਆ, ਐਜ਼ ਅ ਟੂਰਿਸਟ ਲੋਕ ਇੱਥੇ ਆਉਂਦੇ ਆ। ਹਾਂ ਠੀਕ ਹੈ, ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਐਡਮਿਨਿਸਟ੍ਰੇਟਿਵ ਅਮਲਾ ਜਿਹੜਾ ਆ ਇਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਉਪਰਾਲੇ ਤਾਂ ਕਰਦਾ ਆ। ਹਾਂ ਇਹਦੇ ਵਿੱਚ ਲੋਕਾਂ ਦੀ, ਸਿਵਿਲੀਅਨਸ ਦੀ, ਨਾਗਰਿਕਾਂ ਦੀ ਆਪਣੀ ਲਾਜ਼ਮ ਜ਼ਿੰਮੇਵਾਰੀ ਵੀ ਬਣਦੀ ਆ ਕਿ ਉਹ ਕਦੀ ਵੀ ਆਪਣੇ ਮਨੋਂ ਇਹਨਾਂ ਸ਼ਹੀਦਾਂ ਨੂੰ, ਇਹਨਾਂ ਬਲੀਦਾਨੀਆਂ ਨੂੰ, ਇਹਨਾਂ ਯੋਧਿਆਂ ਨੂੰ, ਮਾਰਟਿਰਸ ਨੂੰ ਦਿਲੋਂ ਨਾ ਵਿਸਾਰਨ ਅਤੇ ਇਹਨਾਂ ਦੇ ਇਹ ਸਾਰੇ ਸਿਸਟਮ ਨੂੰ ਸਤਿਕਾਰ ਮਾਨ ਦਿੰਦੇ ਰਹਿਣ, ਔਰ ਆਪਣੀ ਸੋਚ ਨੂੰ ਔਰ ਦੇਸ਼ ਨੂੰ, ਦੇਸ਼ ਦੀ ਕੌਮ ਨੂੰ, ਪੰਜਾਬੀਆਂ ਨੂੰ ਇੱਦਾਂ ਹੀ ਬੁਲੰਦ ਕਰਕੇ ਰੱਖਣ। ਬਿਲਕੁਲ ਜੀ, 15 ਅਗਸਤ 1947 ਦੇਸ਼ ਦੀ ਵੰਡ ਹੋਈ ਅਤੇ ਦੇਸ਼ ਦੀ ਵੰਡ ਦੇ ਵਿੱਚ ਕਈ ਲੋਕ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਲੋਕ ਵਿਸ਼ਵ ਭਰ ਦੇ ਵਿੱਚੋਂ ਸ਼ਹੀਦੀ ਇਤਿਹਾਸਿਕ ਜਗ੍ਹਾ ਦੇ ਉੱਪਰ ਪਹੁੰਚਦੇ ਨੇ, ਜਲਿਆਂਵਾਲਾ ਬਾਗ, ਵਾਹਗਾ ਪੁਰਾਣਾ ਜਾਂ ਹੋਰ ਜਿਹੜੇ ਸ਼ਹੀਦੀ ਜਗ੍ਹਾ ਹੈਗੀਆਂ ਨੇ, ਕਿਉਂਕਿ ਸਾਡੇ ਬਜ਼ੁਰਗਾਂ ਨੇ ਜਾਂ ਵੱਡਿਆਂ ਨੇ ਦੇਸ਼ ਨੂੰ ਯਾਦ, ਅੰਗਰੇਜ਼ਾਂ ਤੋਂ ਗੁਲਾਮੀ ਨੂੰ ਛਡਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ, ਗੋਲੀਆਂ ਸਹੀਆਂ, ਲਾਸ਼ਾਂ ਦੇ ਢੇਰ ਸਨ। ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਬਣ ਗਿਆ। ਉਹ ਕਹਿ ਸਕਦੇ ਹਾਂ ਕਿ ਜਦੋਂ ਉਹ ਪੁਰਾਣੇ ਬਜ਼ੁਰਗ ਵੀ ਹੈਗੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਦੇਸ਼ ਦੀ ਵੰਡ ਨੂੰ ਲੈ ਕੇ, ਅਤੇ ਅੱਖਾਂ ਭਰ ਆਉਂਦੀਆਂ ਨੇ ਕਿ ਜਦੋਂ ਦੇਸ਼ ਦੀ ਵੰਡ ਹੋਈ ਅਤੇ ਉਦੋਂ ਕਈ ਕੁਝ ਹੋਇਆ, ਕਈਆਂ ਨੂੰ ਆਪਣੇ ਘਰ ਭਰਵੇਂ ਜਿਹੜੇ ਛੱਡ ਕੇ ਪੰਜਾਬ ਦੇ ਵਿੱਚ ਆਉਣਾ ਪਿਆ, ਅਤੇ ਅੱਜ ਵੀ ਕੋਰੀਡੋਰ ਬਣਾ ਦਿੱਤਾ ਗਿਆ ਵਾ ਜਿਹਦੇ ਵਿੱਚ ਕਈ ਪਿਛਲੇ ਦਿਨਾਂ ਵਿੱਚ ਪਰਿਵਾਰ ਮਿਲੇ ਨੇ, ਉਹ ਬਜ਼ੁਰਗ ਮਿਲੇ ਨੇ ਆਪਣੇ ਭੈਣ ਭਰਾਵਾਂ ਨੂੰ, ਕਿਸੇ ਨੂੰ 75 ਸਾਲ ਬਾਅਦ, ਕੋਈ 20 ਸਾਲ ਬਾਅਦ, ਅਤੇ ਜਦੋਂ ਉਹਨਾਂ ਨੂੰ ਚੀਜ਼ਾਂ ਨੂੰ ਯਾਦ ਕਰਦੇ ਨੇ ਅਤੇ ਇੱਕ ਪਿਆਰ ਦੀ ਭਾਵਨਾ ਜਿਹੜੀ ਨਜ਼ਰ ਆਉਂਦੀ ਆ।
15 ਅਗਸਤ 1947 ਨੂੰ ਲੈ ਕੇ ਇਤਿਹਾਸਿਕ ਜਗ੍ਹਾ ਦੇ ਉੱਪਰ ਖਾਸ ਗੱਲਬਾਤ ਕੀਤੀ ਗਈ ਅਤੇ ਜਿਹਦੇ ਨਾਲ ਲੋਕਾਂ ਨੂੰ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲਿਵਿੰਗ ਇੰਡੀਆ ਦੇ ਵੱਲੋਂ। ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।